ਜਿਹੜਾ ਇਹਦਾ ਰਿਲੇਸ਼ਨ ਹੈ ਆਈ ਥਿੰਕ ਇਹਨਾਂ ਦੇ ਡਿਵਾਈਡ ਨਾਲ ਰਿਲੇਸ਼ਨ ਹੋਵੇਗਾ। ਠੀਕ ਹੈ, ਕਾਹਦੇ ਨਾਲ ਹੋਵੇਗਾ? ਡਿਵਾਈਡ ਨਾਲ ਰਿਲੇਸ਼ਨ। ਦੇਖੋ 14 ਗੁਣਾ 6 ਮੀਨਜ਼ ਅਗਰ 84 ਨੂੰ ਆਪਾਂ 14 ਨਾਲ ਡਿਵਾਈਡ ਕਰ ਦਈਏ, ਠੀਕ ਹੈ, ਕਿੰਨਾ ਆਉਂਦਾ ਆਪਣੇ ਕੋਲ 6। ਉਸਨੂੰ 2 ਨਾਲ ਮਲਟੀਪਲਾਈ ਕਰ ਦਈਏ ਤਾਂ 12 ਆਉਂਦਾ। ਚਲੋ ਆਪਾਂ ਦੇਖ ਲੈਂਦੇ ਹਾਂ, ਬਟ ਆਪਾਂ ਕੀ ਕਰਨਾ, ਆਪਾਂ ਪੈਟਰਨ ਦੇਖਣਾ ਹੈ। ਠੀਕ ਹੈ, ਫਸਟ ਅਤੇ ਸੈਕਿੰਡ ਦੋਨਾਂ 'ਤੇ ਪੈਟਰਨ ਅਗਰ ਫੋਲੋ ਕਰ ਗਿਆ ਫਿਰ ਹੀ ਥਰਡ 'ਤੇ ਕਰੇਗਾ, ਅਗਰ ਸੈਕਿੰਡ 'ਤੇ ਨਹੀਂ ਕਰੇ। ਬਟ ਹੁਣ ਜਿਹੜਾ 81 ਹੈ ਉਹਦਾ 18 'ਤੇ ਡਿਵਾਈਡ ਨਹੀਂ ਹੁੰਦਾ, ਤਾਂ ਇਹ ਪੈਟਰਨ ਆ ਜਿਹੜਾ ਆਪਣਾ ਕੀ ਹੈ, ਰੋਂਗ ਹੈ, ਇਹ ਨਹੀਂ ਲੱਗਦਾ। ਫਿਰ ਕੀ ਕਰੋ, ਇਹ 'ਤੇ ਵੀ ਡਿਵਾਈਡ ਹੁੰਦਾ, ਇਹ 'ਤੇ ਡਿਵਾਈਡ ਕਰਕੇ ਦੇਖ ਲਓ। ਇਸਨੂੰ 84 ਡਿਵਾਈਡ ਬਾਈ 14 7 ਆ ਗਿਆ। 7 ਨੂੰ ਜਦੋਂ 2 ਨਾਲ ਮਲਟੀਪਲਾਈ ਕਰਾਂਗੇ ਤਾਂ ਕਿੰਨਾ ਆ ਗਿਆ ਆਪਣੇ ਕੋਲ, 14 ਆ ਗਿਆ। ਠੀਕ ਹੈ ਜੀ, ਹੁਣ ਉਹਦੇ ਦੇਖੋ 81 ਨੂੰ 9 ਨਾਲ ਡਿਵਾਈਡ ਕਰਿਆ ਮਲਟੀਪਲਾਈ ਬਾਈ 2, 9 ਨੂੰ ਮਲਟੀਪਲਾਈ ਕਰਿਆ 2 18। ਚਲੋ ਜੀ, ਤੁਹਾਡਾ ਪੈਟਰਨ ਆ ਜਿਹੜਾ ਅਕਸੈਪਟੇਬਲ ਹੋ ਗਿਆ। ਠੀਕ ਹੈ, ਹੁਣ ਤੁਹਾਡਾ ਆਂਸਰ ਕੀ ਆ ਜਾਏਗਾ, ਕੁਸਚਨ ਤੁਹਾਡਾ ਸੋਲਵ ਹੋ ਜਾਏਗਾ। ਦੇਖੋ 88 ਨੂੰ 11 ਨਾਲ ਡਿਵਾਈਡ ਮਲਟੀਪਲਾਈ 2 ਨਾਲ 8, ਤਾਂ ਆਂਸਰ ਆਪਣਾ ਕਿੰਨਾ ਆ ਗਿਆ, 16 ਆਪਸ਼ਨ ਦੇ ਵਿੱਚ ਹੈਗੀ ਹੈ ਡੀ ਆਪਸ਼ਨ, ਤਾਂ ਆਪਣੀ ਜਿਹੜੀ ਡੀ ਆਪਸ਼ਨ ਹੈ ਉਹ ਕੀ ਹੈ, ਰਾਈਟ ਆਪਸ਼ਨ ਹੈ ਜੀ। ਚਲੋ ਦੇਖਦੇ ਹਾਂ ਆਪਾਂ ਆਪਣਾ ਨੈਕਸਟ ਸਮ, ਸੈਕਿੰਡ ਸਮ ਆਪਣਾ, ਸੈਕਿੰਡ ਸਮ ਤੁਹਾਨੂੰ ਸਕਰੀਨ ਦੇ ਉੱਤੇ ਸ਼ੋਅ ਕਰ ਹੋ ਰਿਹਾ ਹੈ। ਠੀਕ ਹੈ, ਇੱਕ ਪੈਟਰਨ ਦਿੱਤਾ ਹੋਇਆ ਆਪਾਂ ਨੂੰ, ਇਹ ਲੈਟਰ ਆਪਾਂ ਕੀ ਕਰਨਾ, ਲਾਸਟ ਵਾਲਾ ਲੈਟਰ ਹੈ ਕੀ ਕਰਨਾ, ਫਾਈਂਡ ਕਰਨਾ। ਆਪਸ਼ਨ ਹੈਗੀ ਆਪਣੇ ਕੋਲ 13 14 11 12, ਤਾਂ ਸਭ ਤੋਂ ਪਹਿਲਾਂ ਕੀ ਦੇਖੋ, ਸਭ ਤੋਂ ਪਹਿਲਾਂ ਤਾਂ ਇਹਨਾਂ ਨੂੰ ਦੇਖੋ, ਤੁਹਾਨੂੰ ਪਤਾ ਹੈ ਕੀ ਹੁੰਦੀ ਆਪਣੇ ਕੋਲ, ਰੋ ਹੁੰਦੀ ਹੈ, ਠੀਕ ਹੈ, ਜਿਹੜਾ ਹੋਰੀਜੈਂਟਲ ਹੁੰਦੀ ਹੈ, ਅਤੇ ਜਿਹੜੀ ਵਰਟੀਕਲ ਹੁੰਦੀ ਹੈ ਇਹਨੂੰ ਕੀ ਕਹਿੰਦੇ ਨੇ ਆਪਾਂ, ਕੋਲਮ ਕਹਿ ਦਿੰਦੇ ਹਾਂ। ਠੀਕ ਹੈ, ਤਾਂ ਇਹਨਾਂ ਨੂੰ ਕੀ ਕਰੋ, ਇਹਨਾਂ ਦੇ ਵਿੱਚ ਕੋਈ ਪੈਟਰਨ ਬਣਾ ਕੇ ਦੇਖੋ, ਇਹ ਡਬਲ ਹੈ, ਠੀਕ ਹੈ, ਬਟ ਇਹਦੇ ਉੱਪਰ ਡਬਲ ਹੈ, ਇਹ ਤੋਂ ਡਬਲ ਹੈ, ਇਹ ਤੋਂ ਡਬਲ ਹੈ, ਬਟ ਇਹ ਡਬਲ ਨਹੀਂ ਹੈਗਾ, ਤਾਂ ਰੋ ਵਾਈਜ਼ ਚੱਲ ਪਓ। ਰੋ ਵਾਈਜ਼ ਇਹਦੇ ਨਾਲੋਂ ਵੱਡਾ ਹੈ, ਇਹਦੇ ਨਾਲੋਂ ਛੋਟਾ, ਇਹ ਵੀ ਛੋਟਾ ਹੈ, ਮੀਨਸ ਕੋਈ ਫੋਲੋ ਨਹੀਂ ਕਰ ਰਿਹਾ ਪੈਟਰਨ। ਤਾਂ ਅਜਿਹੇ ਸਮ ਦੇ ਵਿੱਚ ਕੀ ਕਰਨਾ ਆਪਾਂ, ਆਪਾਂ ਇਹਨਾਂ ਨੂੰ ਕੀ ਕਰਨਾ, ਦੇਖੋ ਇਹਨਾਂ ਨੂੰ ਐਡ ਕਰਕੇ ਦੇਖੋ, 10 ਪਲੱਸ 4 14 14 ਅਤੇ 22 36 ਕਿੰਨੇ ਬਣ ਗਏ ਆਪਣੇ ਕੋਲ, 36 14 ਪਲੱਸ 5 19 ਅਤੇ 8 ਅਤੇ 8 27 27 10 ਪਲੱਸ 3 13 ਠੀਕ ਹੈ 13 ਇੱਥੇ ਚਲੋ ਆਪਾਂ ਲੈਟਰ ਫਾਈਨ ਕਰਨਾ, ਬਟ ਫਿਰ ਵੀ ਆਪਣੇ ਕੋਲ ਅਪਰੋਕਸੀਮੇਟ ਆਂਸਰ ਜਿਹੜਾ ਆਪਾਂ ਕਹਿ ਸਕਦੇ, ਆਪਾਂ ਨੂੰ ਮਤਲਬ ਕੋਈ ਕਲਿਊ ਨਹੀਂ ਮਿਲਿਆ ਵੀ ਆਂਸਰ ਕੀ ਆਵੇਗਾ। ਹੁਣ ਕੀ ਕਰੋ, ਇਹਨਾਂ ਨੂੰ ਇੱਕ ਜਿਹੜਾ ਫਸਟ ਆਪਾਂ ਕਹਿ ਸਕਦੇ ਜਿਹੜਾ ਜ਼ਿਆਦਾ ਵੱਡਾ ਨੰਬਰ ਹੈ ਉਹਨੂੰ ਅਤੇ ਸਭ ਤੋਂ ਸਮਾਲ ਨੰਬਰ ਨੂੰ ਕੀ ਕਰ ਦਿਓ, ਐਡ ਕਰ ਦਿਉ। ਜਿਹੜਾ ਮੀਡੀਅਮ ਹੋਇਆ ਉਹਨੂੰ ਕੀ ਕਰਦਾਂਗੇ ਆਪਾਂ, ਮਾਈਨਸ ਕਰ ਦਾਂਗੇ ਪਹਿਲੀ ਰੋ ਦੇ ਵਿੱਚ। ਮੀਨਸ ਆਪਾਂ ਕੀ ਕਰੋ, 22 ਪਲੱਸ 4 ਮਾਈਨਸ 10, ਸਮਝ ਗਏ, ਇਹਨਾਂ ਦੋਨਾਂ ਦਾ ਪਲੱਸ ਕਰੋ ਅਤੇ ਮਾਈਨਸ ਕੀ ਕਰਤਾ ਆਪਾਂ, ਵਿਚਕਾਰ ਵਾਲਾ ਮਾਈਨਸ ਕਰਤਾ, 22 ਪਲੱਸ 4 26 ਮਾਈਨਸ 10 16। ਇਸੇ ਤਰ੍ਹਾਂ ਹੀ ਫਸਟ ਅਤੇ ਥਰਡ ਪਲੱਸ, 14 ਪਲੱਸ 8 ਮਾਈਨਸ 5, 14 ਅਤੇ 8 22 ਮਾਈਨਸ 5 17। ਦੇਖੋ ਹੁਣ ਆਈ ਥਿੰਕ ਇਹਦਾ ਪੈਟਰਨ ਬਣ ਗਿਆ, ਇੱਕ ਇਨਕਰੀਜ਼ ਹੋ ਰਿਹਾ, ਕਿੰਨਾ ਹੋ ਰਿਹਾ, 1 ਪਲੱਸ ਹੋ ਰਿਹਾ, ਸਮਝੇ, ਮੀਨਸ ਫਸਟ ਅਤੇ ਥਰਡ ਦਾ ਪਲੱਸ ਅਤੇ ਸੈਕਿੰਡ ਮਾਈਨਸ, ਜਦੋਂ ਉਹਨਾਂ ਨੂੰ ਕਰਾਂਗੇ ਤਾਂ ਹਰ ਇੱਕ ਰੋ ਦੇ ਵਿੱਚ ਕੀ ਹੋ ਰਿਹਾ, 1 ਪਲੱਸ ਹੋ ਰਿਹਾ, ਤਾਂ ਆਪਣੇ ਕੋਲ ਇੱਥੇ ਕਿੰਨਾ ਆਉਣਾ ਚਾਹੀਦਾ, 18 ਆਉਣਾ ਚਾਹੀਦਾ, ਤਾਂ ਆਪਣੇ ਕੋਲ ਕੀ ਆ ਜਾਏਗਾ, ਦੇਖੋ 10 ਪਲੱਸ ਪਲੱਸ ਆਪਾਂ ਨੂੰ ਇੱਥੇ ਨਹੀਂ ਪਤਾ, ਤਾਂ ਇਹਨੂੰ ਇੱਦਾਂ ਹੀ ਪੁੱਟ ਕਰ ਦਿਓ ਕੁਐਸਚਨ ਮਾਰਕ, ਮਾਈਨਸ 3 ਇਜ਼ ਇਕੁਅਲ ਟੂ 18, ਤਾਂ ਆਪਾਂ ਕਿੱਦਾਂ ਸੋਲਵ ਕਰਾਂਗੇ, ਦੇਖੋ 10 ਚੋਂ 3 ਮਾਈਨਸ ਹੋ ਗਿਆ, 7 ਪਲੱਸ 18, ਠੀਕ ਹੈ ਜੀ, ਤਾਂ ਆਪਣੇ ਕੋਲ ਕਿੰਨਾ ਆਵੇਗਾ ਲੈਟ, 18 7 ਉੱਧਰ ਜਾ ਕੇ ਮਾਈਨਸ ਦਾ ਹੋ ਗਿਆ, ਕਿੰਨਾ ਆ ਗਿਆ ਆਪਣੇ ਕੋਲ ਆਂਸਰ, 11, ਸਮਝ ਗਏ। ਦੇਖੋ ਆਪਾਂ ਇਹਦੀ ਜਗ੍ਹਾ 'ਤੇ ਇਹੀ ਪੁੱਟ ਕਰਤਾ, ਇਹਦਾ ਅਤੇ ਇਹਦਾ ਪਲੱਸ ਮਾਈਨਸ ਕੀ ਕਰਤਾ, 3 ਕਰ ਦਿੱਤਾ, ਤਾਂ 7 ਮਾਈਨਸ 10 10 ਮਾਈਨਸ 3 7 ਆ ਗਿਆ ਆਪਣੇ ਕੋਲ, ਤਾਂ 7 ਉੱਧਰ ਜਾ ਕੇ ਲੈਫਟ ਤੋਂ ਰਾਈਟ ਸਾਈਡ ਜਾ ਕੇ ਮਾਈਨਸ ਦਾ ਹੋ ਗਿਆ, ਤਾਂ ਇਹਦੀ ਵੈਲਿਊ ਕਿੰਨੀ ਆ ਗਈ ਆਪਣੇ ਕੋਲ, 11 ਆ ਜਿਹੜੀ
ऑप्शन केड़ी दे विच राइट है, सी ऑप्शन दे विच की है राइट है जी, बाकी ऑप्शन रोंग ने। तो अपना आंसर है जरा अवेलेबल है 11। चलो देखते हैं अपना नैक्सट सम। हाँ जी करो चैक थर्ड सम अपना जो तो स्क्रीन के उत्ते शो हो रहा है, ठीक है। एक रैक्टेंगल है, एक और रैक्टेंगल तो नहीं हैगी, ठीक है, उस तरह की कमेज है। तो अगे एक सैकंड इमेज है, वो करो देखो कि अपने को रोमबस कह सकते हैं अगर साइडा इक्वल हुई हैं, ठीक है। तो देखो सब तो पहले तो देखो 141 43 ना, तो देखो कोई स्केयर वाली टर्म लग रही है, अपन स्केयर वाली नहीं लग रही, क्यूब वाली भी नहीं लग रही, ठीक है। तो इन्हों का क्या होगा, इन्हों का ज़्यादातर चांस यही होंगे कि इन्हों का कितना प्लस माइनस करके जो विचकार वाला लैटर बनया हुआ है, ठीक है। प्लस माइनस की करना, तुम ज़्यादातर इन्हों का यही चैक करो कि डायगनल वाले होंगे जोड़े, ठीक है, ओपोजिट साइड वाले, इन्हों दोनों का प्लस कर लो, फिर इन्हों दोनों का प्लस कर लो, फिर माइनस कर लो, या इन्हों प्लस कर लो, ठीक है। हुण देखो ये लैटर जो छोटा आ रहा, छोटा का मीनिंग यही है भी दो साइडों प्लस कर लो, दूसरिया भी दो साइडों प्लस करके उस तो बाद उन्होंने की कर दो माइनस कर दो। तो देखो अगर आप इन्होंने दोनों का प्लस करा तो ज़्यादा हो जाएगा, माइनस इन्हों का घट हो गया, तो यह छोटी टर्म है इन्होंने दोनों का प्लस कर दो, ठीक है। तो 101 प्लस 115 माइनस 43 प्लस 35, चेक करो कि बन रहे हैं या नहीं बन रहे हैं। 116 87, ठीक है जी, 38 अपने को नज़र आ रहा है। तो ओबियसली गल है कि जो ये पैटर्न फॉलो हो रहा, तो जो पैटर्न है नैक्सट उत्ते भी फॉलो जरूर होगा। देखो फिर अपने को 184 प्लस 48 माइनस 56 माइनस 34 प्लस 34, ठीक है जी, करो सॉल्व इन। 232, ठीक है जी, तो अपने को 232 अगे आ गया अपने को 09 90, तो कि आंसर आ गया अपने को 142 142। ऑप्शन जी बी है वह की अपने को करैक्ट ऑप्शन है जी, तो राइट आंसर आ गया अपना बी ऑप्शन है जी, टिक आ गई सही आ गई। चलो देखते हैं आप अपना नैक्सट सम। नैक्सट सम अपना देखो, नैक्सट सम है अपने को 12 8 का कोई कंबीनेशन बन रहा, उत्तर 80 बन रहा है, 16 7 तो 207 बन रहा, 25 21 तो की बनेगा, ठीक है। आंसर है अपने को 184 210 241 एंड 425। चलो जी देखो आंसर की आएगा, तो अगर आप इन दोनों की माइनस कर दिए, ठीक है, 4 आ जाएगा, उस तो अगर 4 नू 10 मल्टीप्लाई करिए 20 नाल 80 आ रहा है, बट अगर इन्हों की माइनस कर दी आप 16 7 कटे माइनस आ गया अपने को 9 नू 20 मल्टीप्लाई कर 207, तो अपन देखो इतना चलो 0 से 0 तो अपन पता ही मल्टीप्लाई करके आ जाती है, बट जो लास्ट के 7 है ना बहुत घट आ मल्टीप्लाई के, ठीक है। तो इनका मीनिंग यही है कि इन्होंने की हो रही है प्लस माइनस हो रही है, इन्हें मल्टीप्लाई करके कितने ना कि हो रही है प्लस या माइनस हो रही है। तो प्लस या माइनस 80 कि आ रहा, देखो 80 अगर आप चेक करिए 12 8 तो 80 कि बनेगा, सिर्फ एको ही पॉसीबिलिटी अपने को, पहला स्केयर करके देखो, बाद करो इन्हों क्यूब करके देखो, 12 का स्केयर 144, 8 का स्केयर होंगे 64, 80 आंसर की है आ चुका 80, बट आप एक बार इतने भी कंप्लीट करके देखते हैं। आप 16 का स्केयर माइनस 7 का स्केयर, ठीक है जी, 16 का अपने को आ गया 256 49, चलो जी 207 अपना आ रहा, देखो माइनस करके आ गया ना 200 पिछे, जो 7 बहुत घट आ, वो कदों आ माइनस या प्लस वे ज़्यादातर मल्टीप्लाई या डिवाइड के 7 नहीं आता ज़्यादातर। तो हम देखो फिर 25 का कर दो स्केयर, 25 का 625 माइनस 404 1, ठीक है, 4
फोर वाली ऑप्शन ही अपने को बन रहा है। ठीक है, वैसे तो फोर आ गया, चलो अगे आप फिर भी देख लें। 8 and 1 184 मीनस ऑप्शन है जी अपनी कही फस्ट राइट है जी। ठीक है, मीनस करैक्ट है जी। हाँ जी, होप है कि तुम्हें क्लास वधिया लगी होगी। कल आप नवी क्लास लैके हाजिर होवे, जेकर क्लास वधिया लगी साडा चैनल सबसक्राइब एंड लाइक शेयर जरूर करो। थैंक यू जी।